ਇਹ ਹੈ ਜੀ ਪਟਿਆਲੇ ਦਾ ਸ਼ੇਰਾਂ ਵਾਲਾ ਗੇਟ, ਅਤੇ ਇੱਥੋਂ ਜਾਣਾ ਅਸੀਂ ਅਦਾਲਤ ਬਾਜ਼ਾਰ। ਬੇਟੀ ਦੇ ਥੋੜ੍ਹੇ ਜਿਹੇ ਕੱਪੜੇ ਲੈ ਕੇ ਆਉਣੇ ਨੇ, ਅਤੇ ਕਰਾਉਂਦੇ ਹਾਂ ਤੁਹਾਨੂੰ ਛੋਟੀ ਜਿਹੀ ਸੈਰ। ਸ਼ੇਰਾਂ ਵਾਲਾ ਗੇਟ, ਲੀਲਾ ਭਵਨ, ਅਰਬਨ ਸਟੇਟ, ਬਿਰਿਆਨੀ ਵਾਲਾ ਲੱਗਿਆ। ਅਦਾਲਤ ਬਾਜ਼ਾਰ ਦੀ ਮਾਰਕੀਟ, ਅਤੇ ਇੱਥੇ ਕਾਰ ਪਾਰਕਿੰਗ ਹੈ। ਅੱਜ ਸੰਡੇ ਮੋਰਨਿੰਗ ਹੈ ਤਾਂ ਰਸ਼ ਘੱਟ ਹੈ। ਅਜੇ ਸਵੇਰੇ ਸ਼ੁਰੂ ਹੀ ਹੋਏ ਹੋਣੇ ਨੇ, ਹੈ ਨਾ? ਦੁਕਾਨਾਂ ਦੁਕਾਨਾਂ ਖੋਲ੍ਹੀਆਂ ਹੀ ਹੋਣੀਆਂ ਨੇ। ਆਪਾਂ ਜਾ ਕੇ ਬੋਣੀ ਕਰਾਂਗੇ ਇਹਨਾਂ ਦੀ। ਇੱਥੇ ਹੱਥ ਨਾਲ ਕਢਾਈ ਵਾਲੀਆਂ ਚੁੰਨੀਆਂ, ਫੁਲਕਾਰੀ, ਸੂਟ, ਮਸ਼ੀਨਾਂ ਵਾਲਾ ਦੇ ਹੱਥ ਨਾਲ ਬਹੁਤ ਸਸਤੇ ਤੋਂ ਸਸਤਾ, ਮਹਿੰਗੇ ਤੋਂ ਮਹਿੰਗਾ। ਕਿ ਮੈਂ ਲਾਸਟ ਟਾਈਮ ਵੇਖਿਆ ਸੀ 1.5 ਲੱਖ ਦਾ ਵੀ ਸੂਟ ਸੀ। ਇੱਧਰ ਸਾਨੀ ਢਾਬਾ ਹੈ ਫੇਮਸ, ਅਨੂਪ ਢਾਬਾ। ਮੁਰਗੇ ਦਾ, ਬੱਕਰੇ ਦਾ ਕੀਮਾ, ਨਾਨ, ਅਚਾਰ ਅਤੇ ਤਰੀ। ਹਾਂ ਹਾਂ, ਵੈੱਜ ਐਂਡ ਨੋਨ ਵੈੱਜ, ਕਿਆ ਖਾਣਾ ਮਿਲਦਾ ਇੱਥੇ। ਬੜੀ ਪੁਰਾਣੀਆਂ ਅਤੇ ਉਹ ਬਣੀਆਂ ਪਈਆਂ ਨਾ, ਪੁਰਾਣੇ ਟਾਈਮਾਂ ਦੀਆਂ। ਪਟਿਆਲਾ ਸ਼ਹਿਰ ਕਿਹੜਾ ਨਵਾਂ ਹੈ। ਸੂਟ ਦੇਖਣੇ ਨੇ ਸੇਲ, ਕਿਆ ਬਾਤ ਹੈ। ਹਰ ਦੁਕਾਨ ਸਾਹਮਣੇ ਇਹੀ ਮਿਲੇਗਾ। ਆਹੋ ਦੇਖ, ਪੰਜਾਹ ਵਾਲੀ ਚੀਜ਼ ਤਾਂ ਵੈਸੇ ਵੀ। ਗੁਰਦੁਆਰਾ ਸ਼੍ਰੀ ਅਕਾਲਗੜ੍ਹ ਸਾਹਿਬ, ਵਿਆਹ ਸ਼ਾਦੀ ਵਾਸਤੇ ਕਿਉਂਕਿ 2-3 ਠੋਕਰਾਂ ਤੋਂ ਬਾਅਦ ਤਾਂ ਝੜ ਜਾਂਦੇ ਆ, ਸਾਫ ਦੀ ਗੱਲ। ਇਹ ਸਦਾ ਬਹਾਰ ਹੈ, ਜੀਨਸ ਨਾਲ ਪਾ ਲਓ, ਸਲਵਾਰ ਸੂਟ ਨਾਲ ਪਾ ਲਓ, ਪਲਾਜੋ ਸੂਟ ਨਾਲ ਪਾ ਲਓ, ਸਭ ਨਾਲ ਚੱਲੂਗੀ ਮੈਮ। ਜੀਨਸ ਨਾਲ ਵੀ ਕਿੰਨੀ ਉੱਠ ਰਹੀ ਹੈ ਦੇਖੋ। ਔਰ ਸਭ ਤੋਂ ਵੱਡੀ ਗੱਲ, ਕੰਫਰਟੇਬਲ ਬਹੁਤ ਹੈ ਮੈਮ। ਸੇਲ 300 ਰੁਪਏ ਦੀ ਜੁੱਤੀ। ਬੱਚਿਆਂ ਦੇ ਕੱਪੜੇ, ਵਿਆਹਾਂ ਸ਼ਾਦੀਆਂ ਵਾਲੇ, ਜਾਂ ਕੁਆਲਿਟੀ ਗਾਰਮੈਂਟਸ, ਆ ਕੇ ਵੇਖਦੇ ਹਾਂ ਜੀ। ਬੰਦੇ ਕਹਿੰਦੇ ਕਿ ਤੁਸੀਂ ਵੀਡੀਓ ਬਣਾਉਣ ਡਏ ਹੋ, ਇੱਥੇ ਕਈ ਡਰਨ ਡਏ ਨੇ ਵੀ ਹੁਣ ਗੱਲਾਂ ਚੱਲ ਰਹੀਆਂ ਨੇ ਵੀ ਸੰਡੇ ਮਾਰਕੀਟ ਚੁਕਵਾਉਣੀ ਹੈ ਸਰਕਾਰ ਵੱਲੋਂ,
ਵੀ ਰਸ਼ ਵਗੈਰਾ ਬੜਾ ਹੋ ਜਾਂਦਾ ਜੀ ਇਹ ਵੋ, ਅਤੇ ਕਹਿੰਦਾ ਵੀ ਤਾਂ ਕਰਕੇ ਵੀ ਸੰਡੇ ਮਾਰਕੀਟ ਇਹ ਚੁਕਵਾਉਣੀ ਹੈ, ਅਤੇ ਲੋਕ ਉਹ ਦੁਕਾਨ ਵਾਲੇ ਨਾ ਇਸ਼ਾਰੇ ਕਰਨ ਡਿਆ ਸੀ ਇੱਕ ਦੂਜੇ ਨੂੰ, ਅਤੇ ਉਹ ਭਾਈ ਨੇ ਫਿਰ ਮੈਨੂੰ ਦੱਸਿਆ, ਮੈਂ ਕਿਹਾ ਨਹੀਂ ਨਹੀਂ ਭਰਾਵਾ ਮੈਂ ਤਾਂ ਆਪਣੇ ਫਨ ਦੇ ਲਈ ਬਣਾਉਣ ਡਿਆ, ਨਾਲੇ ਜਦੋਂ ਤੱਕ ਲੋਕਾਂ ਦੀ ਯੂਨਿਟੀ ਹੈ ਉਦੋਂ ਤੱਕ ਤਾਂ ਕੋਈ ਨਹੀਂ ਕੁਛ ਕਰ ਸਕਦਾ। ਇਹ ਸੰਡੇ ਮਾਰਕੀਟ ਨਾਲ ਹੀ ਬਥੇਰਿਆਂ ਦੀ ਰੋਜ਼ੀ ਰੋਟੀ ਚੱਲਦੀ ਹੈ। 200 ਵਾਲਾ 100 ਰੁਪਏ, 200 ਵਾਲਾ 100 ਰੁਪਏ ਜੋ ਤੇਰੀ ਕਰਮਾਈ ਦੀ ਖੁਸ਼ੀ, 200 ਵਾਲਾ 100 ਰੁਪਏ, 200 ਵਾਲਾ 100 ਰੁਪਏ ਹੈਂਡਮੇਡ ਫੁਲਕਾਰੀਆਂ ਹਜ਼ਾਰਾਂ ਤੋਂ ਲੱਖਾਂ ਦੀਆਂ, ਮਸ਼ੀਨ ਵਾਲੀਆਂ ਹੈਂਡਮੇਡ ਤਰ੍ਹਾਂ ਤਰ੍ਹਾਂ ਦੀਆਂ। ਅਦਾਲਤ ਬਾਜ਼ਾਰ ਸੰਡੇ ਮਾਰਕੀਟ, ਆਹ ਵੀ ਲੱਗੀਆਂ ਨੋਰਮਲ ਸੂਟ ਵਿਆਹ ਸ਼ਾਦੀਆਂ ਵਾਲੇ, ਪਰਾਂਦੇ ਵੀ ਲੱਗੇ ਨੇ ਛੋਟੇ, ਪਰਾਂਦੇ ਵੀ ਮਿਲ ਜਾਂਦੇ ਨੇ ਹੈ, ਅਤੇ ਆਹ ਨਿੱਕ ਅਤੇ ਸ਼ੁੱਕ ਝੁਮਕੇ ਬਰੇਲੀ ਦੇ ਬਾਜ਼ਾਰ 'ਚੋਂ ਚੁੱਕ ਚੁੱਕ ਨਾ ਫੋਨ ਨਾ ਫੜ, ਇੱਥੇ ਲਾਏ ਪਏ ਨੇ, ਕਰ ਲਓ ਪਸੰਦ ਜਿਹੜਾ ਲੈਣਾ। ਸਟੋਲ ਹੈ ਸਟੋਲ ਵੀ ਅਤੇ ਸ਼ੋਲ ਵੀ, ਸਟੋਲ ਮੰਦਰ ਵੀ ਹੈ ਪੁਰਾਣਾ, ਇਹ 200 ਦੀ ਹੈ, ਚਲੋ ਹੁਣ ਜਾ ਕੇ ਗੱਡੀ 'ਚ ਬੈਠੀਏ ਕਿਉਂਕਿ ਸਾਡੀ ਬੇਟੀ ਨੂੰ ਗਰਮੀ ਲੱਗਣ ਲੱਗ ਗਈ। ਇਹ ਵੀ ਮਿਲਦੇ ਨੇ ਬਾਜ਼ਾਰ 'ਚ, ਚਲੋ ਜੀ ਬਾਹਰ ਦੀ ਵੀ ਵੀਡੀਓ ਬਣਾਈਏ ਅਦਾਲਤ ਬਾਜ਼ਾਰ ਦੀ, ਤਾਂ ਚੱਲੀਏ ਫਿਰ ਥੋੜ੍ਹਾ ਦੇਰ ਗੱਡੀ 'ਚ ਬਹਿ ਕੇ ਜਦ ਤੱਕ ਉਹ ਸ਼ੋਪਿੰਗ ਕਰਨੀ ਲਿਆਉਂਦੀਆਂ, ਕਿਉਂਕਿ ਅਸੀਂ ਗਰਮੀ 'ਚ ਨਹੀਂ ਨਾ ਖੜਨਾ ਜਾਂ ਬਹਿਣਾ, ਅਸੀਂ ਗੱਡੀ 'ਚ ਬਹਿੰਦੇ ਹਾਂ। ਹਾਏ ਜੀ ਅਸੀਂ ਮਾਰਕੀਟ ਆਪਣਾ ਅਦਾਲਤ ਬਾਜ਼ਾਰ, ਢਾਬਿਆਂ ਬਾਰੇ ਦੱਸਿਆ ਸੀ ਆਗਿਆ ਸਿੰਘ ਵੈਜੀਟੇਰੀਅਨ ਢਾਬਾ ਅਤੇ ਆਸਾਨੀ ਵੈਜ ਐਂਡ ਨੋਨ ਵੈਜ, ਇਹ ਵੀ ਬੜਾ ਮਸ਼ਹੂਰ ਹੈ, ਬਹੁਤ ਮਸ਼ਹੂਰ ਹੈ ਇੱਥੋਂ ਦਾ, ਚੰਗਾ ਮਟਨ ਖਾਣਾ ਹੋਵੇ ਤਾਂ ਤੁਹਾਨੂੰ ਇੱਥੋਂ ਮਿਲ ਜਾਏਗਾ। ਆਹ ਦੇਖੋ ਜੀ ਕਸ਼ਮੀਰੀ ਕਲੈਕਸ਼ਨ, ਧਿਆਨ ਨਾਲ ਵੇਖੋ ਕਸ਼ਮੀਰੀ ਕਲੈਕਸ਼ਨ, ਸ਼ੋਲ ਹੋ ਗਿਆ, ਸੂਟ ਹੋ ਗਏ, ਅਤੇ ਮੈਂ ਪਹਿਲਾਂ ਵੀ ਇੱਕ ਵਾਰ ਇੱਥੋਂ ਲੈ ਕੇ ਗਿਆ ਸਾਂ, ਥੋੜ੍ਹੇ ਜਿਹੇ ਕੋਸਟਲੀ ਹੁੰਦੇ ਆ ਪਰ ਘੈਂਟ ਹੁੰਦੇ ਨੇ, ਪਹਿਲਾਂ ਇੱਕ ਵਾਰ ਮੈਂ ਬਾਹਰ ਭੇਜੇ ਸਾਂ ਇੱਥੋਂ ਲੈ ਕੇ, ਪਸੰਦ ਆਏ ਸਨ ਸਾਰਿਆਂ ਨੂੰ ਤਾਂ ਘੈਂਟ ਨੇ, ਵਿਜ਼ਿਟ ਜ਼ਰੂਰ ਕਰਿਓ। ਚਲੀਏ।
ਚਲੀਏ।